ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਜੋ ਅੜਿੱਕੇ ਬਣੇ ਹੋਏ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਹੁਣ ਸੈਂਟਰ ਸਰਕਾਰ ਵੀ ਕਈ ਦਿਨਾਂ ਬਾਅਦ ਮੂਹਰੇ ਆਈ ਹੈ। ਪੰਜਾਬ ਦੇ ਵਿੱਚ ਭਾਵੇਂ ਸਰਕਾਰ ਦੇ ਵੱਲੋਂ ਸਰਕਾਰੀ ਖਰੀਦ ਸ਼ੁਰੂ ਕੀਤੇ ਜਾਣ ਦੀ ਕਵਾਇਦ 1 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਹੈ ਪਰ ਅੱਜ 22ਵਾਂ ਦਿਨ ਹੋਣ ਦੇ ਬਾਵਜੂਦ ਵੀ ਹਰੇਕ ਸਰਕਾਰੀ ਮੰਡੀ ਦੇ ਵਿੱਚ ਨਾ ਤਾਂ ਝੋਨੇ ਦੀ ਖਰੀਦ ਸੁਚਾਰੂ ਢੰਗ ਦੇ ਨਾਲ ਚੱਲ ਰਹੀ ਹੈ ਨਾ ਹੀ ਲਿਫਟਿੰਗ ਹੋ ਰਹੀ ਹੈ। ਇਸ ਦਰਮਿਆਨ ਕਿਸਾਨਾਂ ਦੇ ਅੰਦਰ ਪੰਜਾਬ ਸਰਕਾਰ ਦੇ ਨਾਲ-ਨਾਲ ਸੈਂਟਰ ਸਰਕਾਰ ਦੇ ਖਿਲਾਫ ਗੁੱਸਾ ਵਧਿਆ ਹੋਇਆ ਹੈ ਹੁਣ ਕੇਂਦਰੀ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪ੍ਰੀਲਾਦ ਜੋਸ਼ੀ ਨੇ ਕੱਲ ਬੁੱਧਵਾਰ 21 ਅਕਤੂਬਰ ਨੂੰ ਪੰਜਾਬ ਦੇ ਚੌਲ ਮਿਲ ਮਾਲਕਾਂ ਨੂੰ ਮੀਟਿੰਗ ਲਈ ਦਿੱਲੀ ਬੁਲਾ ਲਿਆ ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੱਲ ਸੂਬੇ ਦੇ ਛੈਲਰ ਮਾਲਕਾਂ ਨੂੰ ਮੰਡੀਆਂ 'ਚੋਂ ਫਸਲ ਦੀ ਚੁਕਾਈ ਲਈ ਹੱਲਾਸ਼ੇਰੀ ਦੇਣ ਵਾਸਤੇ ਕਈ ਛੋਟਾਂ ਤੇ ਰਿਆਇਤਾਂ ਦਾ ਵੀ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ 4 ਵੱਡੇ ਐਲਾਨ ਕੀਤੇ ਨੇ 2000 ਛੋਨੇ ਮਾਲਕਾਂ ਨੇ ਝੋਨੇ ਦੀ ਮਿਲਿੰਗ ਲਈ ਸਮਝੌਤੇ ਕੀਤੇ ਨੇ ਮੁੱਖ ਮੰਤਰੀ ਨੇ ਰਾਜਪੁਰਾ ਮੰਡੀ ਦਾ ਵੀ ਦੌਰਾ ਕੀਤਾ ਤੇ ਹੁਕਮ ਜਾਰੀ ਕੀਤਾ ਕਿ ਲਿਫਟਿੰਗ ਜੰਗੀ ਪੱਧਰ ਤੇ ਕੀਤੀ ਜਾਵੇ ਉਧਰ ਮਿਲ ਮਾਲਕਾਂ ਨੇ ਸੈਂਟਰ ਵੱਲੋਂ ਮੀਟਿੰਗ ਦੇ ਸੱਦੇ ਨੂੰ ਮਨਜ਼ੂਰ ਕਰ ਲਿਆ ਹੈ ਕੱਲ ਬੁੱਧਵਾਰ ਨੂੰ ਕੇਂਦਰੀ ਵਜ਼ੀਰ ਦੇ ਨਾਲ ਇਹ ਸਾਰੀ ਮੀਟਿੰਗ ਕਰਨ ਲਈ ਜਾਣਗੇ ਇਸ ਦੀ ਪੁਸ਼ਟੀ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਪੂਸ਼ਣ ਬੰਟਾ ਨੇ ਕੀਤੀ ਹੈ ਇਸੇ ਦੌਰਾਨ ਕੇਂਦਰ ਸਰਕਾਰ ਨੇ ਪਿਛਲੇ ਝੋਨੇ ਮਿਲਿੰਗ ਦੇ ਲਈ ਡਿਲੀਵਰੀ ਦਾ ਸਮਾਂ 31 ਅਕਤੂਬਰ ਤੱਕ ਵਧਾ ਦਿੱਤਾ ਹੈ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਧਰਨੇ ਮੁਜ਼ਾਰੇ ਵੀ ਜਾਰੀ ਹਨ ਉਗਰਾਹਾਂ ਜਥੇਬੰਦੀ ਨੇ ਪੂਰੇ ਸੂਬੇ ਦੇ ਵਿੱਚ 51 ਥਾਵਾਂ ਤੇ ਰੋਸ ਧਰਨੇ ਲਗਾਤਾਰ ਲਾ ਰੱਖੇ ਨੇ ਜਿਨ੍ਹਾਂ ਦੇ ਵਿੱਚ ਟੋਲ ਪਲਾਜ਼ਿਆਂ ਦੇ ਧਰਨੇ ਆਮ ਆਦਮੀ ਪਾਰਟੀ ਦੇ ਵਜ਼ੀਰਾਂ ਤੇ ਵਿਧਾਇਕਾਂ ਦੇ ਘਰਾਂ ਦੇ ਮੂਹਰੇ ਧਰਨੇ ਤੇ ਭਾਜਪਾ ਲੀਡਰਾਂ ਦੇ ਘਰਾਂ ਮੂਹਰੇ ਧਰਨੇ ਸ਼ਾਮਿਲ ਹਨ ਆਮ ਲੋਕਾਂ ਦੀ ਖੱਜਲ ਖੁਆਰੀ ਕਾਫੀ ਹੋ ਰਹੀ ਹੈ ਤਾਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਸ ਖੱਜਲ ਖੁਆਰੀ ਦੇ ਲਈ ਕੇਂਦਰ ਤੇ ਸੂਬਾ ਸਰਕਾਰ ਦੋਵੇਂ ਜ਼ਿੰਮੇਦਾਰ ਨੇ ਕਿਸਾਨਾਂ ਦਾ ਰੋਸਾ ਹੈ ਕਿ ਹਾਲੇ ਤੱਕ ਪੰਜਾਬ ਦੀ ਹਰੇਕ ਮੰਡੀ ਦੇ ਵਿੱਚ ਨਾ ਤਾਂ ਝੋਨੇ ਦੀ ਸਹੀ ਖਰੀਦ ਸ਼ੁਰੂ ਹੋਈ ਹੈ ਤੇ ਨਾ ਹੀ ਲਿਫਟਿੰਗ ਕੀਤੀ ਜਾ ਰਹੀ ਹੈ ਇਸ ਕਰਕੇ ਕਿਸਾਨ ਮੰਡੀਆਂ ਦੇ ਬਾਹਰ ਆਪਣੀ ਫਸਲ ਲੈ ਕੇ ਖੜੇ ਨੇ ਉਹਨਾਂ ਦੀ ਫਸਲ ਸੁੱਟਵਾਈ ਨਹੀਂ ਜਾ ਰਹੀ ਕਿਉਂਕਿ ਮੰਡੀਆਂ 'ਚ ਥਾਂ ਹੀ ਨਹੀਂ ਕੱਲ ਜਲੰਧਰ ਤੇ ਫਗਵਾੜਾ ਦੇ ਵਿੱਚ ਵੀ ਕਿਸਾਨਾਂ ਨੇ ਆਵਾਜ਼ੀ ਠੱਪ ਕਰ ਦਿੱਤੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਦੇ ਵਿੱਚ ਜਲੰਧਰ ਫਗਵਾੜਾ ਹਾਈਵੇ ਤੇ ਧੰਨੋ ਵਾਲੀ ਫਾਟਕ ਸਾਹਮਣੇ ਕਿਸਾਨ ਧਰਨੇ ਤੇ ਬੈਠ ਗਏ ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੱਦੇ ਤੇ ਕਿਸਾਨ ਫਗਵਾੜਾ ਦੇ ਦਾਣਾ ਮੰਡੀ ਦੇ ਵਿੱਚ ਇਕੱਠੇ ਹੋਏ ਤੇ ਜੀਟੀ ਰੋਡ ਜਾਮ ਕਰ ਦਿੱਤਾ ਪੁਲਿਸ ਨੇ ਕਿਸਾਨਾਂ ਨੂੰ ਇੱਕ ਰਾਹ ਖੋਲਣ ਦੀ ਅਪੀਲ ਵੀ ਕੀਤੀ ਪਰ ਕਿਸਾਨਾਂ ਨੇ ਇਨਕਾਰ ਕਰ ਦਿੱਤਾ ਕਿ ਜਦੋਂ ਤੱਕ ਮੰਡੀਆਂ 'ਚ ਝੋਨੇ ਦੀ ਖਰੀਦ ਤੇ ਲਿਫਟਿੰਗ ਸਹੀ ਢੰਗ ਨਾਲ ਸ਼ੁਰੂ ਨਹੀਂ ਹੁੰਦੀ ਉਦੋਂ ਤੱਕ ਰੋਸ ਜਾਰੀ ਰਹੇਗਾ ਨੈਸ਼ਨਲ ਹਾਈਵੇ ਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ ਤੇ ਰਾਹਗੀਰ ਪਰੇਸ਼ਾਨ ਹੋ ਗਏ। ਇਹਨਾਂ ਲੋਕਾਂ ਦੇ ਵਿੱਚ ਐਂਬੂਲੈਂਸਾਂ ਅਤੇ ਬਰਾਤਾਂ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਕਾਫੀ ਮੁਸ਼ਕਲਤ ਕਰਨੀ ਪਈ। ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਖਰੀਦ ਤੇ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਵਿੱਚ ਚਾਰ ਅਹਿਮ ਫੈਸਲੇ ਲਏ ਗਏ ਤੇ ਜਾਣਕਾਰੀ ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਦਿੱਤੀ। ਇਹਨਾਂ ਫੈਸਲਿਆਂ ਦੇ ਵਿੱਚ ਸ਼ੈਲਰ ਮਾਲਕਾਂ ਦੇ ਲਈ ਰਾਇਤਾਂ ਐਲਾਨੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਨਵੀਆਂ ਚੌਲ ਮਿਲਾਂ ਨੂੰ ਪੁਰਾਣੀਆਂ ਮਿਲਾਂ ਦੇ ਬਰਾਬਰ ਦਾ ਵਾਧੂ ਵਦ ਝੋਨੇ ਦੀ ਮੁਫਤ ਅਲਾਟਮੈਂਟ ਕੀਤਾ ਜਾਣਾ ਰੀਲਿਸ ਆਰਡਰ ਸਕੀਮ ਅਧੀਨ ਮਿਲਿੰਗ ਲਈ ਨਾ ਵਾਪਸੀਯੋਗ ਫੀਸ 75 ਰੁਪਏ ਪ੍ਰਤੀ ਟਨ ਤੋਂ ਘਟਾ ਕੇ 15 ਰੁਪਏ ਪ੍ਰਤੀ ਟਨ ਕਰਨਾ ਤੇ ਘੱਟ ਮਿਲਿੰਗ ਦੀ ਸਮਰੱਥਾ ਵਾਲੀਆਂ ਮਿਲਾਂ ਦੇ ਲਈ ਇਸ ਨੂੰ 50 ਰੁਪਏ ਤੋਂ ਘਟਾ ਕੇ 10 ਰੁਪਏ ਪ੍ਰਤੀ ਟਨ ਕੀਤਾ ਜਾਣਾ ਸ਼ਾਮਿਲ ਹੈ ਇਸੇ ਤਰ੍ਹਾਂ 6 ਸਰਹੱਦੀ ਜ਼ਿਲ੍ਹਿਆਂ ਦੇ ਸ਼ੈਲਰਾਂ ਨੂੰ ਮੁਫਤ ਅਲਾਟਮੈਂਟ ਵਾਲੇ ਝੋਨੇ ਦੇ ਵਿੱਚ 20 ਫੀਸਦੀ ਵਾਧਾ ਸਰਕਾਰ ਨੇ ਕਰ ਦਿੱਤਾ ਹੈ ਸੀਮ ਭਗਵੰਤ ਮਾਨ ਨੇ ਕੱਲ ਮੀਟਿੰਗ ਵਿੱਚ ਤਾੜਨਾ ਕੀਤੀ ਹੈ ਕਿ ਫਸਲ ਦੀ ਖਰੀਦ ਕਟੌਤੀ ਲਾ ਕੇ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਊਗੀ। ਸੋ ਆਰੋ ਦੀ 50 ਰੁਪਏ ਪਰ ਟਨ ਜਿਹੜੀ ਆ ਫੀਸ ਲਈ ਜਾਂਦੀ ਆ। ਸੋ ਆ ਮਾਨਜੋਗ ਮੁੱਖ ਮੰਤਰੀ ਜੀ ਵੱਲੋਂ ਇਹ 50 ਰੁਪਏ ਨੂੰ ਘਟਾ ਕੇ 10 ਰੁਪਏ 50 ਰੁਪਏ ਦੀ ਥਾਂ ਉਹ ਆਰੋ ਫੀਸ ਜਿਹੜੀ ਆ ਉਹ 10 ਰੁਪਏ ਅ ਮਿਲਰ ਦਾ ਕਰੇਗਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਸ਼ੈਲਰ ਮਾਲਕਾਂ ਦੇ ਵੱਲੋਂ ਐਗਰੀਮੈਂਟ ਕੀਤੇ ਜਾਣ ਵਜੋਂ ਕਈ ਜ਼ਿਲ੍ਹਿਆਂ ਦੇ ਵਿੱਚ ਫਸਲ ਦੀ ਚੁਕਾਈ ਸ਼ੁਰੂ ਹੋ ਗਈ ਹੈ